ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਮੈਂ ਦੈਨਿਕ ਤ੍ਰਿਭੂਨ ਦੀਆਂ ਖਬਰਾਂ ਤੇ ਆਧਾਰਿਤ ਮਨ ਕੀ ਬਾਤ ਪ੍ਰੋਗਰਾਮ ਸ਼ੁਰੂ ਕਰਨ ਲੱਗਾ। ਪਹਿਲੀ ਖਬਰ ਹੈ ਨੈਸ਼ਨਲ ਹੈਰਲਡ ਧਨ ਸ਼ੋਧਨ ਮਾਮਲੇ ਤੇ ਈਡੀ ਕਾ ਸਮਨ, ਸੋਨੀਆ ਆਟਕੋ ਹੋਊਗੀ ਪੇਸ਼, ਰਾਹੁਲ ਨੇ ਮੰਗਾ ਸਮੇਂ। ਮੈਂ ਕਹਿੰਦਾ ਜਿਹੜੀ ਈਡੀ ਏ ਇਹ ਮੋਦੀ ਨੂੰ ਕਿਉਂ ਨੀ ਦਬਲਦੀ? ਮੋਦੀ ਨੂੰ ਪੁੱਛੇ ਤੇਰੇ ਕੋਲ ਕਰੋੜਾਂ ਰੁਪਇਆ ਕਿੱਥੋਂ ਆਉਂਦਾ, ਤੂੰ ਅੰਬਾਨੀਆਂ ਨਾਲ ਕਿਉਂ ਰਲਿਆ ਹੋਇਆ, ਤੂੰ ਨੋਟਬੰਦੀ ਕਿਉਂ ਲਗਾਈ, ਤੂੰ GST ਕਿਉਂ ਕੀਤੀ, ਤੂੰ ਲੱਛੇਦਾਰ ਤਕਰੀਰਾਂ ਕਰਕੇ ਲੋਕਾਂ ਨੂੰ ਮੈਂਟਲ ਕਿਉਂ ਬਣਾ ਰਿਹਾ, ਤੂੰ ਇੱਕ ਨੰਬਰ ਦਾ ਫਿਰਕਾ ਪ੍ਰਸਤ ਹੈ, ਜਦਕਿ ਸਾਡਾ ਦੇਸ਼ ਡੈਮੋਕ੍ਰੇਟਿਕ ਆ, ਤੂੰ ਕਹਿੰਦਾ ਹਿੰਦੀ ਹਿੰਦੁਸਤਾਨ, ਤੈਨੂੰ ਚੁੱਕ ਕਿਉਂ ਨੀ ਜੇਲ੍ਹ ਚ ਪਾਇਆ ਜਾਂਦਾ, ਤੇਰੇ ਕੋਲੋਂ ਪੈਸੇ ਸਾਫ਼ ਕਿਉਂ ਕਿਉਂ ਦਾ, ਤੂੰ ਸਭ ਤੋਂ ਨਿਕੰਮੀ ਜਮਾਤ ਹੈ ਮੋਦੀ ਦੀ ED। ਤਾਂ ਮੈਂ ਨੀ ਕਹਿੰਦਾ ਕੋਈ ਇਹਨੂੰ ਜਾਨੋ ਮਾਰੇ ਜਾਂ ਇਹਨੂੰ ਜ਼ਖਮੀ ਕਰੇ, ਜਿੱਥੇ ਵੀ ED ਦੇ ਮੈਂਬਰ ਮਿਲਣ ਸਾਰੇ ਨੇਕ ਦਿਲ ਇਨਸਾਨ ਇਕੱਠੇ ਹੋ ਕੇ ਰੱਜ ਕੇ ਕੁਟਾਪਾ ਕਰਨ ਤੇ ਇਹਨੂੰ ਅਗਵਾਇਆ ਕਰ ਦੇਣ। ਅੱਗੇ ਖਬਰ ਆਈ ਹੈ ਜੀ 1.41 ਲੱਖ ਕਰੋੜ ਰੁਪਇਆ ਪਹੁੰਚਿਆ GST ਸੰਗ੍ਰਹਿ। ਚਲੋ ਮੈਂ ਕੀ ਲੈਣਾ, ਇਹ ਸਭ ਬਕਵਾਸਬਾਜ਼ੀ ਹੈ। PFI ਰਿਹੈਬ ਇੰਡੀਆ ਕੇ 33 ਬੈਂਕ ਖਾਤੇ ਗੁਰਕ, ਇਹਦੇ ਵਿੱਚ ਵੀ ਕੋਈ ਸਿਆਸਤ ਕੰਮ ਕਰ ਰਹੀ ਹੈ। ਭਾਜਪਾ ਕਾਰਿਆਕਾਰੀ ਦੀ ਬੈਠਕ 2 ਜੁਲਾਈ ਸੇ, ਇਹ ਭਾਜਪਾ ਤੱਕ ਮਰੀ ਹੋਈ ਜਮਾਤ ਹੈ। ਅੱਗੇ ਆ ਗਿਆ ਜੀ ਮੂਸੇਵਾਲਾ ਹੱਤਿਆਕਾਂਡ ਮੇ ਗੈਂਗਸਟਰ ਸਰਾਜ ਗ੍ਰਿਫ਼ਤਾਰ, ਬੜੀ ਚੰਗੀ ਗੱਲ ਹੈ। ਪਰ ਮੈਂ ਮੂਸੇਵਾਲ ਦੇ ਜਿਹੜੇ ਫੈਨਸ ਨੇ ਉਹਨਾਂ ਨੂੰ ਵੀ ਕਹਾਂਗਾ, ਭਾਈ ਥੋੜਾ ਜਿਹਾ ਨਾ ਜੋਸ਼ ਦੇ ਨਾਲ ਨਾਲ ਹੋਸ਼ ਤੋਂ ਕੰਮ ਲਿਆ ਕਰੋ। ਹਰ ਵੇਲੇ ਹਥਿਆਰਾਂ ਦੀਆਂ ਗੱਲਾਂ ਕਰਨੀਆਂ ਯੋਗ ਨਹੀਂ। ਅੱਜ ਦਾ ਨੌਜਵਾਨ ਅੰਦਰੋਂ ਸੰਤ ਨਹੀਂ ਹੈ, ਜੋ ਕੱਲਾ ਸਿਪਾਹੀ ਬਣ ਗਿਆ ਤੇ ਜ਼ੁਲਮ ਕਰੇਗਾ, ਉਸ ਦਾ ਮੂਸੇਵਾਲ ਸਿਆਣਾ ਹੋਵੇ ਤੇ ਆਪਣਾ ਹਲੀਮੀ ਤੋਂ ਕੰਮ ਲੈਂਦਾ ਹੋਵੇ। ਪਰ ਮੈਜੋਰਟੀ ਨੌਜਵਾਨ ਪੰਜਾਬ ਦੇ ਮੈਂਟਲ ਹੋ ਚੁੱਕੇ ਨੇ, ਇਹਨਾਂ ਨੇ ਇੱਕ ਦੂਜੇ ਉੱਤੇ ਗੋਲੀਆਂ ਚਲਾ ਦੇਣੀਆਂ, ਜਿਵੇਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ। ਜਥੇਦਾਰ ਕਾਦਰ ਸਾਹਿਬ ਦਾ ਕਹਿਣਾ ਕਿ ਹਰ ਸਿੱਖ ਹਥਿਆਰ ਰੱਖੇ, ਬਹੁਤ ਹੀ ਗਲਤ ਸਟੇਟਮੈਂਟ ਹੈ, ਇਹ ਬਾਦਲਾਂ ਦੇ ਕਹਿਣ ਤੇ ਦਿੱਤੀ ਗਈ ਹੈ। ਜੇ ਹਰ ਨੌਜਵਾਨ ਹਥਿਆਰ ਰੱਖ ਲਏ ਤੇ ਪੁੱਤਰ ਨੇ ਪਿਓ ਦੀ ਗੋਲੀ ਚਲਾ ਦੇਣੀ ਹੈ, ਪਿਓ ਨੇ ਪੁੱਤਰ ਤੇ, ਧੀਆਂ ਨੇ ਪਿਓ ਤੇ, ਦੋਸਤਾਂ ਨੇ ਦੋਸਤਾਂ ਤੇ, ਕਿਉਂਕਿ ਪੰਜਾਬ ਦੇ ਨੌਜਵਾਨ ਧਰਮ ਵਿਰਸੇ ਤੋਂ ਬਹੁਤ ਦੂਰ ਜਾ ਚੁੱਕੇ ਨੇ। ਇਹਨਾਂ ਨੂੰ ਗੋਲੀਆਂ ਨਹੀਂ ਚਾਹੀਦੀਆਂ, ਇਹਨਾਂ ਨੂੰ ਪਹਿਲਾਂ ਆਪਣੇ ਸੰਸਕਾਰ ਚਾਹੀਦੇ ਨੇ। ਇਹੋ ਜਿਹੀਆਂ ਗੱਲਾਂ ਨਾ ਕਰੋ ਜਥੇਦਾਰ ਸਾਹਿਬ, ਤੋ ਤੁਸੀਂ ਵਿਕੇ ਬੰਦੇ ਹੋ। ਭਾਰਤੀ ਪਰਯੋਜਨਾਏ ਸਿੰਧੂ ਜਲ ਸੰਧੀ ਕੇਂਦਰ ਨੂੰ ਛੱਡੋ ਪਰਾਂ, ਇਹ ਬਕਵਾਸਬਾਜ਼ੀ ਹੈ। ਕੇਂਦਰੀ ਮੰਤਰ ਮੰਡਲ ਨੇ ਦੀ ਮਨਜ਼ੂਰੀ, GEMK ਜ਼ਰੀਏ ਖਰੀਦ ਕਰ ਸਕੇਗੀ ਸਰਕਾਰੀ ਸੰਸਥਾ, ਸਭ ਬਕਵਾਸਬਾਜ਼ੀ ਹੈ। ਕਰਾਸ ਵੋਟਿੰਗ ਦਾ ਖਤਰਾ, ਕਾਂਗਰਸ ਵਿਧਾਇਕ ਦਿੱਲੀ ਤਲਬ, ਇਹ ਸਿਆਸੀ ਗੱਲ ਨੇ, ਮੈਂ ਕੀ ਲੈਣਾ ਦੇਣਾ। 500 ਸਾਲ ਕੀ ਪ੍ਰਤੀਕਸ਼ਾ ਪੂਰੀ ਹੋਈ ਹੋਗੀ, ਸਭ ਬਕਵਾਸ ਕਰਦਾ। ਤੇ ਅੱਗੇ ਆ ਗਈ ਜੀ ਖਬਰ ਬਾਲੀਵੁੱਡ ਗਾਇਕ ਕਹਿਤੇ ਕਿ ਮੌਤ ਕੀ ਜਾਂਚ ਸ਼ੁਰੂ। ਦੇਖੋ ਜਾਂਚ ਤੋਂ ਪਤਾ ਲੱਗ ਗਿਆ ਕਿ ਫੈਨ ਬਹੁਤ ਆਏ ਸੀ ਤੇ ਜਾਰਾ ਉੱਤੇ ਗਿਆ ਤੇ ਡਿੱਗ ਪਿਆ ਤੇ ਕੋਈ ਦਿਮਾਗੀ ਚੋਟ ਆਈ, ਅਟੈਕ ਵੀ ਹੋ ਸਕਦਾ। ਐਵੇਂ ਸਿਆਸੀ ਰੋਟੀਆਂ ਸਿੱਕਣ ਵਾਲਿਆਂ ਦਾ ਘਟਾਪਾ ਹੋਣਾ ਚਾਹੀਦਾ। ਲਖੀਮਪੁਰ ਹਿੰਸਾ ਮੇ ਗਵਾਹ ਪਰ ਹਮਲਾ, ਜਿੱਥੇ ਕੋਈ ਸੱਚ ਬੋਲੇ ਉੱਥੇ ਹਮਲਾ ਕਰ ਦਿੰਦੀ ਭਾਜਪਾ ਦਾ ਘਟਾਪਾ ਹੋਣਾ ਚਾਹੀਦਾ। ਅਰਥ ਵਿਵਸਥਾ ਕੇ ਪਟਰੀ ਪਰ ਆਣੇ ਕੀ ਕੋਈ ਸੰਕੇਤ ਨਹੀਂ, ਚਿਦੰਬਰਮ ਚਲੋ ਸਿਆਣੀ ਗੱਲ ਕੀਤੀ ਹੈ। ਵਿਰੁੱਧਾ ਦਾ ਵਿਮਾਨ ਤਕਨੀਕੀ ਗੜਬੜੀ ਕੇ ਬਾਅਦ ਲੋਟਾ, ਚਲੋ ਇੱਕ ਨੇਚਰ ਦੇ ਹੱਥੇ ਚੱਪਾਂ ਕੀ ਲੈਣਾ ਦੇਣਾ। ਸ਼ੇਅਰ ਬਾਜ਼ਾਰੋਂ ਮੇ ਲਗਾਤਾਰ ਦੂਸਰੇ ਦਿਨ ਗਿਰਾਵਟ, ਤਾਂ ਦੇਸ਼ ਦਾ ਬੇੜਾ ਗਰਕ ਹੋਣਾ ਤੇ ਗਿਰਾਵਟ ਆਣੀ ਆਣੀ। ਯੈਸ ਬੈਂਕ ਘੁਟਾਲਾ, ਦਿੱਲੀ ਲਾਇਆ ਗਿਆ ਬਿਲਡਰ ਅਵਿਨਾਸ਼ ਭੌਂਸਲੇ ਦਾ ਘੁਟਾਪਾ ਕਰ ਦਿਓ। ਪ੍ਰਧਾਨ ਮੰਤਰੀ ਮੋਦੀ ਮਿਲੇ ਮਹਿਲਾ ਮੁੱਕੇਬਾਜ਼ਾਂ ਸੇ, ਇਹ ਸਿਰਫ ਲਫਾਫੇ ਬਾਜ਼ ਬੰਦਾ, ਇਹਦਾ ਮਿਲਣਾ ਨਾ ਮਿਲਣਾ ਇੱਕ ਬਰਾਬਰ ਹੀ ਹੈ। ਅੱਗੇ ਅੱਗੇ ਪੂਰਵ ਰਾਜਪਾਲ ਵੋਹਰਾ ਨੇ ਭੀਮ ਸਿੰਘ ਕੇ ਨਿਧਨ ਪਰ ਦੁੱਖ ਜਤਾਇਆ, ਤੋ ਜਤਾਉਣਾ ਚਾਹੀਦਾ ਸੀ। ਸੋਮਵਾਰ ਰਾਤ ਆ ਚੁੱਕੇ ਥੇ ਤਬਾਦਲਾ ਦੇਸ਼ ਹੈ, ਜਿਹੜੀ ਸ਼ਿਕਸ਼ਿਕਾ ਮਾਰੀ ਏ ਕਸ਼ਮੀਰ ਦੇ ਵਿਚ ਹਿੰਦੂ ਸ਼ਿਕਸ਼ਿਕਾ, ਬਹੁਤ ਗਲਤੀ ਏ। ਖਾੜਕੂ ਨੀ ਪਾਈ, ਹਰ ਨੂੰ ਜੀਣ ਦਾ ਅਧਿਕਾਰ ਏ। ਖਾੜਕੂ ਜੇ ਤੁਸੀਂ ਆਪਣੀ ਗੱਲ ਰੱਖਣੀ ਏ, ਪ੍ਰੇਮ ਪਿਆਰ ਨਾਲ ਰੱਖੋ, ਕੋਈ ਗੱਲ ਮੰਨ ਲਓ, ਕੋਈ ਬਣਵਾ ਲਓ, ਐਵੇਂ ਬੰਦੇ ਮਾਰਨ ਦਾ ਕੋਈ ਫਾਇਦਾ ਨਹੀਂ। ਹਿਊਮੈਨਿਟੀ ਦਾ ਕਤਲ ਹਜ਼ਰਤ ਮੁਹੰਮਦ ਸਾਹਿਬ ਆ ਗਿਆ ਨਹੀਂ ਦਿੰਦੇ, ਤੇ ਇਸ ਮੇਰੇ ਨਾਲ ਬਹਿ ਜਾਓ, ਤੁਹਾਨੂੰ ਮੈਂ ਦੱਸਾਂ ਕਿ ਹਿਊਮੈਨਿਟੀ ਦਾ ਕਤਲ ਬਹੁਤ ਮਾੜੀ ਚੀਜ਼ ਹੈ। ਜੇਕਰ ਤੁਹਾਡੇ ਘਰਾਂ ਚੋਂ ਕਿਸੇ ਦਾ ਕਤਲ ਹੋਵੇ, ਤੁਹਾਨੂੰ ਪਤਾ ਲੱਗੇ ਕੀ ਵਾਜ ਕਰਦੀ ਹੈ। ਭ੍ਰਿਸ਼ਟ ਵਿਅਕਤੀ ਕੋ ਕਲੀਨ ਚਿੱਟ ਕਿਉਂ, ਭਾਜਪਾ ਸਭ ਬਕਵਾਸ ਕਰਦੀ ਹੈ, ਇਹ ਤਾਂ ਆਪ ਹੀ ਭ੍ਰਿਸ਼ਟ ਹੈ। ਫ੍ਰੈਂਚ ਓਪਨ ਨਡਾਲ ਨੇ ਕੁਆਟਰ ਫਾਈਨਲ ਮੇ ਜੂਕੋ ਵਿਚ ਕੋ ਹਰਾਇਆ, ਚਲੋ ਸਿਆਣੀ ਗੱਲ ਹੈ। ਹਾਕੀ 5 ਟੂਰਨਾਮੈਂਟ, ਭਾਰਤੀ ਟੀਮ ਨੇ ਲੁਸਾਨੇ ਰਵਾਨਾ, ਚਲੋ ਜਾਓ ਬਿਆਸ਼ ਕਰ ਲਓ। ਨਾਰਵੇ ਸ਼ਤਰਾਂ ਟੂਰਨਾਮੈਂਟ, ਆਨੰਦ ਨੇ ਵਿੱਚੀ ਯਰ ਲਾਗਰੇ ਕੋ ਮਾਰ ਦੀ, ਚਲੋ ਅੱਛੀ ਗੱਲ ਹੈ। ਭਾਰਤ ਕੀ ਯੁਵਾ ਹਾਕੀ ਟੀਮ ਨੇ ਜਾਪਾਨ ਕੋ ਹਰਾਕਰ ਜਿੱਤਾ ਕਾਂਸੇ, ਚਲੋ ਸਿਆਣੀ ਗੱਲ ਹੈ, ਪਾਰਟੀ ਕਰਦੇ ਮੁੰਡਿਓ। ਚੀਨ ਕੇ ਸਿਚੁਆਨ ਮੇ 6 ਪੁਆਇੰਟ ਦਿਵਸ ਕਾ ਪ੍ਰੋਗਰਾਮ,
ਚਲੋ ਇਹ ਹੁਣ ਕੁਦਰਤ ਦੇ ਹੱਥ ਮੈਂ ਕੀ ਕਹਿਣਾ। ਰਾਸ਼ਟਰਮੰਡਲ ਖੇਡ ਬੈਡਮਿੰਟਨ ਮਿਸ਼ਰ ਟੀਮ ਸਪਰਧਾ ਮੇਂ ਭਾਰਤ ਕੋ ਆਸਾਨ ਡਰਾ, ਚਲੋ ਅੱਛੀ ਗੱਲ ਹੈ।